ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਬ੍ਰਾਂਚ ਫਿਲੌਰ ਦੇ ਵੱਲੋਂ ਜੋ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਨਗਰ ਕੌਂਸਲ ਫਿਲੌਰ ਦੇ ਖਿਲਾਫ ਧਰਨਾ ਲਗਾਇਆ ਜਾ ਰਿਹਾ, ਅੱਜ ਤੀਜੇ ਦਿਨ ਦੇ ਵਿੱਚ ਦਾਖਲ ਹੋ ਗਿਆ। ਪ੍ਰਧਾਨ ਸ਼ੀਤਲ ਦ੍ਰਾਵਿੜ ਨੇ ਦੱਸਿਆ ਕਿ 25 ਸਾਲ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਕੰਮ ਤੋਂ ਹਟਾ ਕੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਘਰਾਂ ਦੇ ਵਿੱਚ ਕੂੜਾ ਚੁੱਕਣ ਦਾ ਠੇਕਾ ਦਿੱਤਾ ਗਿਆ, ਜਿਸ ਦੇ ਨਾਲ ਕਿ ਬਾਕੀ ਕੰਮ ਕਰਨ ਵਾਲੇ ਬੇਕਾਰ ਹੋ ਗਏ ਨੇ। ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਮਰਨ ਵਰਤੇ ਉੱਤੇ ਬੈਠ ਜਾਵਾਂਗੇ। ਜਿਹੜਾ ਇਹਨਾਂ ਨੇ 1/4/2019 ਨੂੰ ਡੋਰ ਟੂ ਡੋਰ ਕੂੜਾ ਚੁੱਕਣ ਦਾ ਸਿਲਸਿਲਾ ਸ਼ੁਰੂ ਕੀਤਾ ਚੋਣ ਜ਼ਾਬਤੇ ਦੇ ਵਿੱਚ, ਅਸੀਂ ਪੂਰਨ ਤੌਰ 'ਤੇ ਉਹਦਾ 1 ਨੰਬਰ 'ਤੇ ਵਿਰੋਧ ਕਰਦੇ ਹਾਂ ਜੀ। ਅਸੀਂ ਇਹਨਾਂ ਨੂੰ ਇਹ ਕਹਿੰਦੇ ਹਾਂ, ਅਸੀਂ ਇਹਨਾਂ ਨੂੰ 12ਵੇਂ ਮਹੀਨੇ ਦੀ 27 ਤਰੀਕ ਨੂੰ 18 ਸਾਲ ਨੂੰ ਇਹਨਾਂ ਨੂੰ ਇੱਕ ਦਰਖਾਸਤ ਦਿੱਤੀ ਸਾਰੇ ਮੁਲਾਜ਼ਮਾਂ ਦਾ ਬੂਟੇ ਸੈਨ ਲਵਾ ਕੇ, ਵੀ ਅਸੀਂ ਇਹ ਕੂੜੇ ਵਾਲਾ ਸਿਸਟਮ ਜਿਹੜਾ ਬੰਦ ਕਰੋ, ਨਹੀਂ ਤਾਂ ਅਸੀਂ ਫਿਰ ਸੰਘਰਸ਼ ਕਰਨ ਵਾਸਤੇ ਮਜ਼ਬੂਰ ਹੋਵਾਂਗੇ। ਪਰ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ। ਇਹਨਾਂ ਤੋਂ ਦੁਖੀ ਹੋ ਕੇ ਅਸੀਂ SDM ਸਾਹਿਬ ਦੇ ਕੋਲ ਗਏ ਸੀਗੇ, SDM ਸਾਹਿਬ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਸਾਨੂੰ ਫਿਰ ਸੰਘਰਸ਼ ਦਾ ਰਸਤਾ ਬਣਾਉਣਾ ਪਿਆ। ਅਸੀਂ 72 ਘੰਟੇ ਦਾ ਨੋਟਿਸ ਵੀ ਦਿੱਤਾ ਸੀ, ਉਸ ਤੋਂ ਬਾਅਦ 24 ਘੰਟੇ ਦਾ ਨੋਟਿਸ ਦਿੱਤਾ। ਜਦੋਂ ਸਾਡੀ ਇਹਨਾਂ ਨੇ ਕੋਈ ਸਾਡੀਆਂ ਦਰਖਾਸਤਾਂ ਦੇ ਉੱਤੇ ਸਾਡੇ ਨੋਟਿਸਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਸਾਨੂੰ ਨਗਰ ਕੌਂਸਲ ਫਲੋਰ ਦੇ ਮੂਹਰੇ ਦਰੀਆਂ ਵਿਛਾਉਣ ਦਾ ਮਨਸੂਬਾ ਜਿਹੜਾ ਅਸੀਂ ਤਿਆਰ ਕਰਦੇ। ਜੇ ਤੁਹਾਡੀ ਮੰਗ ਨਹੀਂ ਸੁਣਦੀ, ਅਗਲੀ ਕੀ ਕਾਰਵਾਈ ਤੁਹਾਡੀ? ਜੇ ਸਾਡੀ ਮੰਗ ਨਹੀਂ ਸੁਣਗੇ, ਅਸੀਂ ਸਵੇਰ ਤੋਂ ਅਸੀਂ ਸ਼ਹਿਰ ਦੇ ਵਿੱਚ ਜਿਹੜੇ ਵੀ ਸਾਡੇ ਮੁਲਾਜ਼ਮ ਜਿਹੜੇ ਹੈਗੇ ਆ, ਚਾਹੇ ਉਹ ਕੱਚੇ ਆ, ਚਾਹੇ ਪੱਕੇ ਆ, ਚਾਹੇ ਪ੍ਰਾਈਵੇਟ ਘਰਾਂ ਦੇ ਵਿੱਚ ਕੰਮ ਕਰਦੇ ਆ, ਅਸੀਂ ਪੂਰਨ ਤੌਰ 'ਤੇ ਸ਼ਹਿਰ ਦੇ ਵਿੱਚ ਸਟ੍ਰਾਈਕ ਕਰਾਂਗੇ। ਉਹ ਕਹਿ ਰਹੇ ਵੀ 2011 ਤੋਂ ਹੀ ਚੱਲ ਰਿਹਾ ਕੰਮ ਤਾਂ। 2011 ਤੋਂ ਸਾਨੂੰ ਸਬੂਤ ਦੇ ਦੇਣ, ਜਦ ਅਸੀਂ ਇਹਨਾਂ ਨੂੰ 12ਵੇਂ ਮਹੀਨੇ ਦਰਖਾਸਤ ਦਿੱਤੀ ਆ ਇਹਨੂੰ ਬੰਦ ਕੀਤਾ ਜਾਵੇ, ਫਿਰ ਸਾਨੂੰ ਪਵਾ, ਇਹਨਾਂ ਦੀ ਮਰਜ਼ੀ ਆ। ਇਹਦੇ ਨਾਲ ਤੁਹਾਨੂੰ ਕੀ ਦਿੱਕਤ ਆ? ਇਹਨਾਂ ਨਾਲ ਸਾਨੂੰ ਦਿੱਕਤ ਨਹੀਂ, ਸਾਡੀਆਂ ਜਿਹੜੀਆਂ ਲੇਡੀ ਜਿਹੜੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ, ਵਿਡੋ ਜਨਾਨੀਆਂ ਕਈ ਆ ਵਿੱਚ, ਜ਼ਿਆਦਾ ਵਿਡੋ ਜਨਾਨੀਆਂ ਆ ਜਿਹਨਾਂ ਦਾ ਕਾਰਮਦਾਰੀ ਇਸ ਕੰਮ 'ਤੇ ਚੱਲਦਾ। ਉਹ ਕਹਿੰਦੇ ਅਸੀਂ ਕੰਮ ਤੋਂ ਕਿਸੇ ਨੂੰ ਕੱਢਿਆ ਨਹੀਂ ਹੈਗਾ। ਕੰਮ ਤੋਂ ਨਹੀਂ ਕਿਸੇ ਨੂੰ ਕੱਢਿਆ, ਜਿਹੜਾ ਪੂਰਨ ਤੌਰ 'ਤੇ ਕੰਮ ਤੋਂ ਤਾਂ ਕੱਢਿਆ ਨਹੀਂ, ਲੇਕਿਨ ਸਾਨੂੰ ਧਮਕੀਆਂ ਦਿੰਦੇ ਆ ਜੀ। ਇਹ ਕੌਣ ਧਮਕੀਆਂ ਦਿੰਦਾ ਸਾਨੂੰ? ਈ ਓ ਵੀ ਧਮਕੀਆਂ ਦਿੰਦਾ ਆ, ਆਪਣਾ ਜਿਹੜਾ ਪ੍ਰਧਾਨ ਜਿਹੜਾ ਨਿੰਦੀ ਹੋਰ ਉਹ ਵੀ ਧਮਕੀਆਂ ਦਿੰਦਾ। ਕੀ ਧਮਕੀ ਦੇ ਰਿਹਾ? ਧਮਕੀਆਂ ਦਿੰਦਾ ਵੀ ਤੁਸੀਂ ਇੱਦਾਂ ਕਰੋ, ਜੇ ਤੁਸੀਂ ਆਹ ਸਟ੍ਰੈਕ ਜਿਹੜੀ ਕੀਤੀ ਆ, ਜੇ ਤੁਸੀਂ ਇਹ ਨਾ ਚੱਕੀ ਸੀ, ਬਾਹਰੋਂ ਬੰਦੇ ਮੰਗਵਾਏ, ਹੋਰ ਕੰਮ ਕਰਾ ਲਾਂਗੇ। ਅੱਛਾ, ਪਰ ਅਸੀਂ ਕਹਿੰਦੇ ਵੀ ਅਸੀਂ ਨਹੀਂ ਹੋਣ ਦੇਣਾ ਕੰਮ। ਇੱਕ ਤੁਸੀਂ ਚੌਧਰੀ ਸੰਤੋਖ ਦਾ ਵੀ ਵਿਰੋਧ ਕਰ ਰਹੇ ਹਾਂ? ਅਸੀਂ ਚੌਧਰੀ ਸੰਤੋਖ ਸਿੰਘ ਦਾ ਵਿਰੋਧ ਅਸਾਂ ਕਿਉਂ ਕਰ ਰਹੇ ਹਾਂ? ਸਬਜ਼ੀ ਮੰਡੀ ਦੇ ਵਿੱਚ ਜਿੱਦਣ ਉਹ ਆਏ ਸੀਗੇ, ਅਸੀਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਮੁਲਾਜ਼ਮਾਂ ਦੇ ਸਾਰਿਆਂ ਦੇ ਸਾਈਨ ਕਰਵਾ ਕੇ ਦਿੱਤੇ ਸੀਗੇ ਵੀ ਸਾਡੀ ਦਰਖਾਸਤ ਦੇ ਉੱਤੇ ਗੌਰ ਕੀਤਾ ਜਾਵੇ, ਪਰ ਉਹਨਾਂ ਨੇ ਵੀ ਸਾਡਾ ਕੋਈ ਗੌਰ ਨਹੀਂ ਕੀਤਾ। ਉਹਨਾਂ ਨੇ ਜਿਹਦੀ ਵਜ੍ਹਾ ਕਰਕੇ ਅਸੀਂ ਦੱਸਾਂ ਹੁਣ ਕੀ ਕਰਨ ਲੱਗੇ ਹਾਂ ਜੀ, ਜਿਹੜੀਆਂ ਲੋਕ ਸਭਾ ਦੀ ਇੱਕ ਸੀਟ ਆ ਨਾ ਜਲੰਧਰ ਦੀ, ਉਹਦੇ ਵਿੱਚ 9 ਅਸੈਂਬਲੀਆਂ ਆਉਂਦੀਆਂ, 9 ਅਸੈਂਬਲੀਆਂ ਦੇ ਵਿੱਚ ਘਰ ਘਰ ਜਾ ਕੇ ਅਸੀਂ ਜਿੱਥੇ ਸਾਡੇ ਸਮਾਜ ਦੇ ਲੋਕ ਬੈਠੇ ਆ, ਦਲਿਤ ਸਮਾਜ ਦੇ ਲੋਕ ਬੈਠੇ ਆ, ਚਾਹੇ ਉਹ ਵਾਲਮੀਕੀ ਸਮਾਜ ਆ, ਚਾਹੇ ਉਹ ਰਵਿਦਾਸ ਮਹਾਰਾਜ ਦਾ ਸਮਾਜ ਆ, ਚਾਹੇ ਉਹ ਮਜ਼੍ਹਬੀ ਸਿੱਖ ਵਾ, ਅਸੀਂ ਇਹਨਾਂ ਨੂੰ ਕਹਾਂਗੇ ਚੌਧਰੀ ਸੰਤੋਖ ਸਿੰਘ ਨੂੰ ਵੋਟ ਨਾ ਪਾਓ, ਇਹਦਾ ਤਕੜੇ ਹੋ ਕੇ ਵਿਰੋਧ ਕਰੋ, ਇਹਨੂੰ ਹੱਥ ਤੋਂ ਵੱਧ ਵੋਟਾਂ ਮਤਲਬ ਕਿ ਨਾ ਪਾ ਕੇ ਇਹਨੂੰ ਹਰਾਓ ਇੱਥੋਂ ਬਲੋਟ ਜਲੰਧਰ ਸੀਟ। ਫਸਲ ਦੀ ਫਲੋਰ ਦੀ ਇੱਕ ਸੇਵਾਦਾਰ ਆ, ਕੰਮ ਕਰਨ ਵਾਲੀ ਅੱਜ ਤੋਂ 20 ਸਾਲ ਦੀ, ਠੀਕ ਆ ਜੀ। ਸਾਡੇ 20 ਸਾਲ ਦੇ ਹੀ ਕੂੜੇ ਸੀ ਪ੍ਰਾਈਵੇਟ, ਜਿਨ੍ਹਾਂ ਦੇ ਵਿੱਚ ਕਿਸੇ ਦਾ ਸਰਕਾਰੀ ਮਾਮਲੇ ਦਾ ਕੋਈ ਮਤਲਬ ਨਹੀਂ ਹੈਗਾ, ਠੀਕ ਆ ਨਾ, ਉਹ ਪ੍ਰਾਈਵੇਟ ਆ। ਅਤੇ ਨੌਕਰੀਆਂ ਤੋਂ ਅਸੀਂ ਜਾ ਕੇ ਰਿਕੁਐਸਟ ਕੀਤੀ ਜੀ, ਅੱਜ ਸਾਡੇ ਇਹਨਾਂ ਨੇ ਕੂੜੇ ਖੋਤੇ ਆ, ਅਸੀਂ ਜਾ ਕੇ ਰਿਕੁਐਸਟ ਕੀਤੀ ਸਾਡੀਆਂ ਪ੍ਰਾਈਵੇਟ ਜਿਹੜੀਆਂ ਬੁੜੀਆਂ ਵਾ ਉਹਨਾਂ ਨੇ ਵੀ ਕਿਹਾ ਕਿ ਤੁਸੀਂ ਤਾਂ ਨੌਕਰੀਆਂ ਤੋਂ ਖਾ ਲੂੰਗੀਆਂ ਅਤੇ ਸਾਡਾ ਹੱਲ ਕਰੋ, ਹੈ ਨਾ। ਅਸੀਂ ਜਾ ਕੇ ਅੰਦਰ ਜਾ ਕੇ ਰਿਕੁਐਸਟ ਕੀਤੀ ਇਹਨਾਂ ਦੇ ਮੂਹਰੇ, ਇਹਨਾਂ ਨੇ ਸਾਨੂੰ ਉਹ ਧਮਕੀਆਂ ਦਿੱਤੀਆਂ। ਕਿਹਨੇ ਧਮਕੀ ਦਿੱਤੀ? ਪ੍ਰਧਾਨ ਜੀ ਨੇ, ਨਿੰਦੀ ਨੇ, ਨਿੰਦੀ ਪ੍ਰਧਾਨ ਜੀ ਨੇ ਕਿਹਾ ਕਿ ਤੁਹਾਨੂੰ ਨੌਕਰੀਆਂ ਤੋਂ ਅਸੀਂ ਕੱਢ ਦੇਣਾ ਵਾ, ਅਸੀਂ ਬੰਦੇ ਹੋਰ ਰੱਖ ਲੈਣੇ, ਸਾਡੇ ਕੋਲ ਬੰਦੇ ਤਿਆਰ ਆ। ਇਹੀ ਈਓ ਸਾਹਿਬ ਕੋਲ ਵੀ ਅਸੀਂ ਗਏ ਅਤੇ ਈਓ ਸਾਹਿਬ ਨੇ ਵੀ ਸਾਨੂੰ ਇਹੀ ਕੁਐਸਚਨ ਦੱਸਿਆ ਕਿ ਜੀ ਅਸੀਂ ਤੁਹਾਨੂੰ ਕੱਢ ਕੇ ਅਸੀਂ ਬੰਦੇ ਖੜ੍ਹੇ ਕਰ ਲੈਣੇ ਹੋਰ, ਕੱਚਿਆਂ ਨੂੰ ਵੀ ਅਤੇ ਤੁਹਾਨੂੰ ਪੱਕਿਆਂ ਨੂੰ ਵੀ।
ਅਸੀਂ ਫਿਰ ਵੀ ਇਹਨਾਂ ਦੇ ਮੂਹਰੇ ਰਿਕੁਐਸਟ ਕੀਤੀ, ਸਰ ਅਸੀਂ ਇੰਨੇ ਚਿਰਾਂ ਦੇ ਪ੍ਰਾਈਵੇਟ ਕੂੜਿਆਂ ਦਾ ਤੁਹਾਡਾ ਮਤਲਬ ਹੀ ਨਹੀਂ ਬਣਦਾ ਹੈਗਾ, ਅਸੀਂ ਅੱਜ ਤੋਂ ਨਹੀਂ ਹੋ ਸਾਡੇ ਜਦੋਂ ਤੋਂ ਚੁੱਲ੍ਹਿਆਂ ਤੋਂ ਗੰਦ ਲੋਕੀ ਕਰਦੇ ਸੀ, ਸਾਡੇ ਪੇ ਦਾਦੇ ਸਾਡੀਆਂ ਬੁੜੀਆਂ ਚੁੱਕਦੀਆਂ ਆਉਂਦੀਆਂ ਸੀ, ਉਦੋਂ ਤਾਂ ਤੁਸੀਂ ਗੌਰ ਨਾ ਕੀਤੀ, ਅੱਜ ਗੌਰ ਕਿਉਂ ਕਰ ਰਹੇ ਆ, ਅੱਜ ਇਹ ਸਮੱਸਿਆ ਕਿਉਂ ਖੜੀ ਕੀਤੀ ਆ, ਇਹ ਤਾਂ ਤੁਸੀਂ ਇਸ ਆਪਣੀਆਂ ਵੋਟਾਂ ਦੇ ਵਿੱਚ ਖਰਾਬੀ ਕਰਨ ਦੀ ਖੁਦ ਸਮੱਸਿਆ ਖੜੀ ਕੀਤੀ ਆ, ਸਾਡਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈਗਾ, ਇਹ ਜੇ ਹੜਤਾਲ ਅਸੀਂ ਹੁਣ ਰੱਖਣੀ ਆ, ਉਹ ਕਹਿੰਦਾ ਤੁਸੀਂ ਹੜਤਾਲ ਰੱਖੋ, ਕੁਛ ਮਰਜ਼ੀ ਕਰੋ, ਭੁੱਖ ਰੱਖੋ, ਸਾਨੂੰ ਇਹਦੇ ਵਿੱਚ ਕੋਈ ਮਤਵਲ ਨਹੀਂ ਹੈਗਾ, ਇਹ ਨਿੰਦੀ ਗੋਜਲ ਨੇ ਤੇ ਨਿੰਦੀ ਨੇ ਪ੍ਰਧਾਨ ਨੇ ਤੇ ਈਓ ਸਾਹਿਬ ਨੇ ਕਿਹਾ, ਸੈਂਟਰੀ ਨੂੰ ਵੀ ਅਸੀਂ ਕਿਹਾ, ਸੈਂਟਰੀ ਕਹਿੰਦਾ ਜੀ ਮੈਨੂੰ ਅੰਦਰੋਂ ਜੋ ਮਿਲੂਗਾ ਮੈਂ ਤਾਂ ਉਹੀ ਕਰਨਾ, ਮੇਰੇ ਹੱਥ ਖੜੇ। ਹੁਣ ਤੁਸੀਂ ਕੰਮ ਕਰਨੇ ਕਿ ਵਿਹਲੇ ਆ ਕੰਮ ਤੋਂ? ਨਹੀਂ ਜੀ ਅਸੀਂ ਡਿਊਟੀ ਸਵੇਰੇ ਕੀਤੀ ਆ, ਹੁਣ ਇਸ ਵੇਲੇ ਸਾਡੀ ਡਿਊਟੀ ਹਾਜ਼ਰੀ ਲਾਣ ਆਏ ਸੀ, ਹਾਜ਼ਰੀ ਉਹਨਾਂ ਨੇ ਲਾਈ ਨਹੀਂ ਸਾਡੀ, ਦੋ ਦਿਨ ਹੋ ਗਏ, ਕੱਲ ਵੀ ਸਾਡੀ ਉਹਨਾਂ ਨੇ ਹਾਜ਼ਰੀ ਨਹੀਂ ਲਾਈ, ਅੰਦਰੋਂ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਿਹੜੇ ਕੰਮ ਸੁਬਾਹ ਦੇ ਕੀਤੇ ਹੋਏ ਉਹ ਵੀ ਇਹਨਾਂ ਦੀ ਗੈਰ ਹਾਜ਼ਰੀ ਕਰੋ, ਇਹ ਨਿੰਦੀ ਨੇ ਕਿਹਾ ਵਾ ਜੀ ਤੇ ਈਓ ਸਾਹਿਬ ਨੇ ਕਿਹਾ ਵਾ। ਕੱਲ ਤੋਂ ਕੰਮ ਕਰੂਗੇ ਹੁਣ ਕਿ ਨਹੀਂ? ਕੱਲ ਤੋਂ ਜੇ ਸਾਡਾ ਸਮੱਸਿਆ ਦਾ ਹੱਲ ਹੋਊਗਾ ਸਰ ਤੇ ਅਸੀਂ ਕਰਾਂਗੇ, ਜੇ ਨਹੀਂ ਹੋਊਗਾ ਤੇ ਅਸੀਂ ਨਹੀਂ ਕਰਨਾ। ਜਿਹੜੀ ਮੰਗ ਆ ਬਿਲਕੁਲ ਫਜ਼ੂਲ ਆ, ਇਹ ਕਹਿ ਰਹੇ ਆ ਵੀ ਸਾਡੇ ਬੰਦੇ ਕੱਢ ਦਿੱਤੇ, ਅਸੀਂ ਇਹਨਾਂ ਦਾ ਕੋਈ ਵੀ ਬੰਦਾ ਨਹੀਂ ਕੱਢਿਆ, ਇਹ ਦੱਸੋ ਕਿਹੜਾ ਬੰਦਾ ਕੱਢਿਆ, ਇਹ ਡੋਰ ਟੂ ਡੋਰ ਜਿਹੜਾ ਆ ਏ ਟੂ ਜੈਡ 2011 ਤੋਂ ਇਹ ਕੰਮ ਕਰ ਰਹੀ ਹੈ, ਏ ਟੂ ਜੈਡ ਜਿਹੜੀ ਆ ਕੰਪਨੀ ਕੋਲ ਠੇਕਾ ਹੋਇਆ ਇਹ ਪਿੱਛੇ, ਇਹਨਾਂ ਨੇ ਪਿੱਛੇ ਜਦ ਗੌਰਮੈਂਟ ਨੇ ਹੁਣ ਜ਼ੋਰ ਪਾਇਆ ਅਤੇ ਉਹਨਾਂ ਨੇ ਉਹ ਚਾਲੂ ਕਰ ਦਿੱਤਾ, ਏ ਟੂ ਜੈਡ ਕੰਪਨੀ ਦੇ ਕੋਲ ਕੰਮ ਆ, ਇਹ 2011 ਤੋਂ ਇਹ ਕੰਮ ਚੱਲ ਰਿਹਾ, 2011 ਤੋਂ ਕੰਮ ਚੱਲ ਰਿਹਾ ਅਤੇ ਆਪਣੇ ਇਹ ਕੋਈ ਇਹਨਾਂ ਦਾ ਮੁਲਾਜ਼ਮ ਨਹੀਂ ਕੱਢਿਆ, ਕੋਈ ਇਹਨਾਂ ਦਾ ਖੋਲ, ਇਹ ਸਿਰਫ ਐਵੇਂ ਕਹੀ ਜਾਂਦੇ ਆ ਸਾਡੇ ਮੁਲਾਜ਼ਮ ਕੱਢ ਤੇ ਮਰ ਸਮਾਂ, ਅਸੀਂ ਇਹਨਾਂ ਇੱਥੇ ਸ਼ਹਿਰ ਦੇ ਵਿੱਚ ਏ ਟੂ ਜੈਡ ਨੇ 20 ਬੰਦੇ ਹੋਰ ਰੱਖੇ। ਉਹ ਕਹਿੰਦੇ ਸਾਨੂੰ ਕੰਮ ਤੋਂ ਕੱਢਣ ਦੀਆਂ ਧਮਕੀਆਂ ਦੇ ਰਹੇ ਤੁਸੀਂ? ਨਹੀਂ, ਜੇ ਕੰਮ ਤੋਂ ਕੱਢਣ ਦੀਆਂ ਕੋਈ ਧਮਕੀਆਂ ਨਹੀਂ ਦਿੰਦੇ, ਜੇ ਕੰਮ ਨਾ ਕਰੂਗੇ ਤੇ ਅਸੀਂ ਬੰਦੇ ਕੋਈ ਰੱਖਾਂਗੇ। ਫਿਰ ਉਹ ਕਹਿ ਰਹੇ ਜੀ ਕੱਲ ਅਸੀਂ ਕੰਮ ਕੀਤਾ ਅੱਜ ਵੀ ਕੀਤਾ ਸਾਡੀ ਹਾਜ਼ਰੀ ਨਹੀਂ ਲਾਈ ਗਈ, ਦੁਪਹਿਰੋਂ ਬਾਅਦ ਇਹ ਨਹੀਂ ਕਰਦੇ, ਅਸੀਂ ਅੱਧੇ ਦਿਨ ਦੀ ਇਹਨਾਂ ਦੀ ਲਾਉਂਦੇ ਹਾਂ, ਜਿਸ ਵੇਲੇ ਇਹ 2 ਵਜੇ ਤੋਂ ਲੈ ਕੇ 5 ਵਜੇ ਤੇ ਇਹਨਾਂ ਨੇ ਫਿਰ ਕੰਮ ਕਰਨਾ ਹੁੰਦਾ, ਉਹ ਇਹਨੇ ਇਹ ਕੰਮ ਨਹੀਂ ਕਰਦੇ, ਨਾ ਕੱਲ ਕੀਤਾ ਨਾ ਅੱਜ ਕੀਤਾ, ਉਹ ਅਸੀਂ ਇਹਨਾਂ ਦੀ ਐਬਸੈਂਟ ਲਾਈ ਆ 2 ਦਿਨ। ਤੁਸੀਂ ਧਰਨਾ ਖਤਮ ਕਰਾਉਣ ਦੀ ਕੋਈ ਕੋਸ਼ਿਸ਼ ਕੀਤੀ ਆਪਣੇ ਵੱਲੋਂ? ਅਸੀਂ ਇੱਥੇ ਇਹਨਾਂ ਨੇ ਸਾਨੂੰ ਕੱਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਰਿਪੋਰਟ।